ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਵਾਹਨ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੋਰਾਂ ਨੇ ਪਿਛਲੇ ਕੁਝ ਸਮੇਂ ਤੋਂ ਇਲਾਕੇ 'ਚ ਪੂਰੀ ਦਹਿਸ਼ਤ ਮਚਾਈ ਹੋਈ ਸੀ। ਹੁਣ ਤੱਕ ਚੋਰੀ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਗਿਰੋਹ ਨੇ ਕਰੀਬ 17 ਕਾਰਾਂ ਤੇ 5 ਮੋਟਰਸਾਈਕਲ ਚੋਰੀ ਕੀਤੇ ਸਨ। ਇਹ ਚੋਰ ਇੰਨੇ ਸ਼ਾਤਿਰ ਸਨ ਕਿ ਚੋਰੀ ਦੀਆਂ ਗੱਡੀਆਂ ਨੂੰ ਠਿਕਾਣੇ ਲਾਉਣ ਲਈ ਇਹਨਾਂ ਨੇ ਇੱਕ ਗੈਰੇਜ ਖੋਲ ਰੱਖਿਆ ਸੀ, ਜਿਸ ਦੇ ਗੋਦਾਮ ਵਿੱਚ ਇਹ ਗੱਡੀਆਂ ਦਾ ਪੁਰਜਾ ਕਰ ਉਹਨਾਂ ਨੂੰ ਸਪੇਅਰ ਪਾਰਟਸ ਵਜੋਂ ਵੇਚ ਦਿੰਦੇ ਸਨ। ਅਸੀਂ 3 ਚੋਰੀ ਕਰਨ ਵਾਲੇ ਜਿਹੜੇ ਵਿਅਕਤੀ ਆ ਉਹ ਫੜੇ ਗਏ ਆ। 3 ਵਿਅਕਤੀਆਂ ਦਾ ਗੈਂਗ ਆ ਜਿਹੜੇ ਪਿਛਲੇ ਸਮੇਂ ਤੋਂ ਖੰਨਾ ਜ਼ਿਲ੍ਹੇ ਦੇ ਵਿੱਚ ਅਤੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਕਾਰਾਂ ਚੋਰੀ ਕਰਦੇ ਸੀਗੇ। ਇਹਨਾਂ ਨੇ ਹੁਣ ਤੱਕ ਖੰਨਾ ਜ਼ਿਲ੍ਹੇ ਦੇ ਵਿੱਚ 12 ਕਾਰਾਂ ਚੋਰੀ ਕੀਤੀਆਂ ਅਤੇ 5 ਮੋਟਰਸਾਈਕਲ ਚੋਰੀ ਕੀਤੇ ਆ। ਜਿਹੋ ਇਹ ਗੱਲ ਸਾਹਮਣੇ ਆਈ ਹੈ, ਇਹ ਪੁਰਾਣੀਆਂ ਕਾਰਾਂ ਜਿੱਦਾਂ ਮਰੂਤੀ ਜੈਨ, ਮਰੂਤੀ ਕਾਰ ਪੁਰਾਣੇ ਮਾਡਲ ਦੀ ਚੋਰੀ ਕਰਦੇ ਸੀ। ਇਹਨਾਂ ਦੇ ਵਿੱਚੋਂ ਜਿਹੜਾ ਮੇਜਰ ਸਿੰਘ ਔਰ ਬਿੱਟੂ ਆ ਇਹ ਆਪ ਕੁਆੜ ਦਾ ਕੰਮ ਕਰਦਾ ਸੀ। ਇਹ ਕਾਰਾਂ ਚੋਰੀ ਕਰਕੇ ਇਹਨਾਂ ਨੇ ਇੱਕ ਗਡਾਊਨ ਬਣਾਇਆ, ਉਹਦੇ ਵਿੱਚ ਜਾ ਕੇ ਅਲੱਗ ਅਲੱਗ ਇਹਦੇ ਪੁਰਜੇ ਕਰਕੇ ਅਲੱਗ ਅਲੱਗ ਕੁਛ ਵੇਚ ਦਿੰਦੇ ਸੀਗੇ, ਕੁਛ ਅੱਗੇ ਢਾਲ ਲੈਣ ਲਈ ਦੇ ਦਿੰਦੇ ਸੀਗੇ। ਰਿਕਵਰੀ ਇਹਨਾਂ ਨੇ ਮੇਨ ਹੁਣ 2 ਕਾਰਾਂ ਸਾਨੂੰ ਚਾਲੂ ਹਾਲਤ ਵਿੱਚ 2 ਕਾਰਾਂ ਮਿਲੀਆਂ, 1 ਮੋਟਰਸਾਈਕਲ ਬਰਾਮਦ ਹੋਇਆ, ਬਾਕੀ ਕੁਛ ਕਾਫੀ ਸਮਾਨ ਹੈ ਜਿਹੜੇ ਅਲੱਗ ਅਲੱਗ ਇਹਨਾਂ ਦੇ ਕਾਰਾਂ ਦੇ ਇੰਜਣ ਆ ਉਹ ਬਰਾਮਦ ਹੋਇਆ, ਹੋਰ ਪਾਰਟਸ ਜਿਹੜੇ ਆ ਉਹ ਲਿਸਟ ਨਾਲ ਲੱਗੀ ਹੈ। ਟੋਟਲ 12 ਗੱਡੀਆਂ ਦਾ ਸਮਾਨ ਉੱਥੋਂ ਬਰਾਮਦ ਹੋਇਆ ਇਹਨਾਂ ਦੇ। ਉਮਰ ਮਿਡਲ ਛੋਟੀ ਉਮਰ ਦੇ ਹੈਗੇ ਆ, ਇੱਕ ਦਾ ਨਾਂ ਮੇਜਰ ਸਿੰਘ ਹੈ, ਇੱਕ ਦਾ ਨਾਂ ਅਮਰਿੰਦਰ ਸਿੰਘ, ਇੱਕ ਜੀਤ ਸਿੰਘ ਹੈਗੇ। ਤਕਰੀਬਨ 35 ਸਾਲ ਦੇ ਲਗਭਗ ਇਹਨਾਂ ਦੀ ਉਮਰ ਹੈ ਜੀ, 35 ਤੋਂ 40। ਪੁਲਿਸ ਮੁਤਾਬਿਕ ਇਹਨਾਂ ਤੇ ਪਹਿਲਾਂ ਵੀ ਕੇਸ ਦਰਜ ਨੇ ਤੇ ਪੁੱਛਗਿੱਛ ਦੌਰਾਨ ਇਹਨਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਖੰਨਾ ਤੋਂ ਵਿਪਨ ਬੀਜਾ, ਜਗਬਾਣੀ TV।